ਚੱਲ ਭਾਈ ਅੰਕਲ ਕਰ ਦੋ ਜੀ ਥੋੜਾ ਥੋੜਾ ਚੱਲ ਓਕੇ ਓਕੇ ਅੱਜ ਸਰਕਾਰ ਨਾਲ ਬੜੀ ਸਦਭਾਵਨਾ ਵਾਲੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਨੇ ਬਿਜਲੀ ਸੋਧ ਬਿੱਲ ਅਤੇ ਜਿਹੜਾ ਪਰਾਲੀ ਵਾਲਾ ਕਾਨੂੰਨ ਹੈ ਉਹਦੇ ਵਿੱਚ ਜੋ ਕੁਝ ਕਿਸਾਨਾਂ ਦੇ ਵੱਲੋਂ ਸੀ ਉਹ ਸਾਰਾ ਕੁਝ ਵਾਪਸ ਲੈ ਲਿਆ ਔਰ ਇਹ ਦੋਏ ਕਾਨੂੰਨ ਸਰਕਾਰ ਨੇ ਸਾਡੀ ਮੰਗ ਮੰਨ ਲਈ ਬਾਕੀ ਦੇ ਜਿਹੜੇ ਕਾਨੂੰਨ ਹੈਗੇ ਨੇ ਸਰਕਾਰ ਨੇ ਖੇਤੀ ਦਾ ਅਤੇ ਕੰਟਰੈਕਟ ਦਾ ਇਹਦੇ ਨਾਲ MSP ਦਾ ਮਸਲਾ ਇਹਦੇ 'ਤੇ ਅਗਲੀ ਮੀਟਿੰਗ 4 ਤਰੀਕ ਨੂੰ ਹੋਏਗੀ ਉਹਦੇ ਬਾਅਦ ਫੈਸਲਾ ਲੈ ਕੇ ਸਪੀਕਰ ਆ ਰਿਹਾ ਰੁਕ ਜਾਓ ਇੱਥੇ ਇੱਥੇ ਅਪਡੇਟ ਦੇ ਦਿਓ ਪਹਿਲਾਂ ਦਿਓ ਜੀ ਬਾਅਦ 'ਚ ਕਰਦਾ ਮੈਂ ਤੁਹਾਡੇ ਨਾਲ ਬਾਅਦ 'ਚ ਕਰਦਾ ਅੱਜ ਸਰਕਾਰ ਤੇ ਜਿਹੜੀ ਮੀਟਿੰਗ ਹੈ ਥੋੜੀ ਜਿਹਾ ਰੁੱਖ ਵਧੀਆ ਰਿਹਾ ਦੋ ਬਿੱਲ ਮੰਨ ਗਏ ਸਪੀਕਰ ਜਿਹੜੀ ਮੀਟਿੰਗ ਹੈ ਉਹ ਤਕਰੀਬਨ 4-5 ਘੰਟੇ ਚੱਲੀ ਹੈ ਅਤੇ 2-3 ਰਾਉਂਡਾਂ ਚੱਲੀ ਹੈ ਵੈਸੇ ਤਾਂ ਸਰਕਾਰ ਅਜੇ ਉੱਥੇ ਹੀ ਖੜ੍ਹੀ ਹੈ ਕਾਨੂੰਨ ਜਿਹੜੇ ਨੇ ਰੱਦ ਕਰਨ ਦੀ ਗੱਲ 'ਤੇ ਤਾਂ ਉਸੇ ਤਰ੍ਹਾਂ ਹੀ ਖੜ੍ਹੀ ਹੈ MSP ਵਾਲੀ ਗੱਲ 'ਤੇ ਵੀ ਕਹਿੰਦੇ ਵੀ ਕਮੇਟੀ ਬਣਾ ਦਿਆਂਗੇ ਜਿੰਨੀ ਅਜੇ ਤਾਂ ਉਹਨਾਂ 'ਤੇ ਨਹੀਂ ਆਈ MSP ਵੱਲ 'ਤੇ ਦੋ ਕਾਨੂੰਨ ਨੇ ਜਿਹੜੇ ਇੱਕ ਪਰਾਲੀ ਵਾਲਾ ਅਤੇ ਜਿਹੜਾ ਬਿਜਲੀ ਬਿੱਲ 2020 ਵਾਲਾ ਉਹਨਾਂ ਨੂੰ ਵਾਪਸ ਲੈਣ ਦਾ ਸਾਡੇ ਨਾਲ ਵਾਅਦਾ ਕੀਤਾ ਵਾਪਸ ਹੋਣਗੇ ਅਤੇ ਦੋ ਜਿਹੜੇ ਰਹਿੰਦੇ ਨੇ MSP ਅਤੇ ਜਿਹੜਾ ਕਾਨੂੰਨਾਂ ਵਾਲੇ ਉਹਨਾਂ ਨੇ ਸਮਾਂ ਮੰਗਿਆ 4 ਤਰੀਕ ਤੱਕ ਦਾ ਉਹ ਤਾਂ ਦੁਬਾਰੇ ਪ੍ਰਪੋਜ਼ਲਾਂ ਲੈ ਕੇ ਆਉਣ ਦੀ ਗੱਲ ਕੀਤੀ ਹੈ ਅਤੇ ਇੱਧਰੋਂ ਕੋਈ ਇੱਧਰੋਂ ਵੀ ਦੁਬਾਰੇ ਬੈਠਣ ਦੀ ਹੈ 4 ਤਰੀਕ ਨੂੰ 2 ਵਜੇ ਦੁਬਾਰੇ ਮੀਟਿੰਗ ਸੱਦੀ ਹੈ ਉਹ 'ਤੇ ਕੀ ਬਣਦਾ ਉਹ ਜੇ ਦੇਖਣਾ ਦੇਖੋ ਇਹ ਜਿਹੜਾ ਸਾਰਾ ਅੰਦੋਲਨ ਹੈ ਇਹਦੇ ਅਸੀਂ ਜਿਹੜੇ ਆ ਪੁਆਇੰਟ ਕਰਕੇ 4 ਮੋਟੇ ਮੁੱਦੇ ਬਣਾਏ ਆ ਪਹਿਲਾ ਇਹ ਜਿਹੜਾ ਸਾਡਾ ਜਨ ਅੰਦੋਲਨ ਹੈ ਜਿਹੜੇ ਖੇਤੀ ਵਿਰੋਧੀ ਲੋਕਾਂ ਵਿਰੋਧੀ 3 ਕਾਨੂੰਨ ਨੇ ਉਹ ਰੱਦ ਕੀਤੇ ਜਾਣ ਨਾਲ ਦੀ ਨਾਲ ਦੂਸਰਾ ਸਾਡਾ ਹੈਗਾ ਵੀ MSP ਜਿਹੜੀ ਆ ਉਹਦਾ ਕਾਨੂੰਨੀ ਦਰਜਾ ਬਣਾਇਆ ਜਾਵੇ ਤੀਸਰਾ ਅਸੀਂ ਲੈਂਦੇ ਬਿਜਲੀ ਦਾ ਜਿਹੜਾ ਬਿੱਲ ਆ ਉਹ ਵਾਪਸ ਲਿਆ ਜਾਵੇ ਅਤੇ ਜਿਹੜਾ ਪੁਰਾਣੀ ਵਾਲੀ ਵਾਤਾਵਰਨ ਜੋ ਕਾਨੂੰਨ ਬਾਹਰ ਕੱਢਿਆ ਜਾਵੇ ਉਹਦੇ 'ਚ ਜੇ ਆਪਾਂ ਪਹਿਲਾ ਮੁੱਦਾ ਲੈ ਲਈਏ ਕਿ ਜਿਹੜੇ ਖੇਤੀ ਵਿਰੋਧੀ 3 ਕਾਨੂੰਨ ਨੇ ਇਹ ਆਮ ਲੋਕਾਂ ਦੇ ਵਿੱਚ ਆ ਵੀ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ ਅਤੇ ਇਹਨਾਂ ਦੇ ਇਹ ਵਿਰੁੱਧ ਆ ਨਹੀਂ ਇਹ ਸਮੁੱਚੀ ਖਪਤਕਾਰ ਦੇ ਵਿਰੁੱਧ ਆ ਇਹ ਆਮ ਛੋਟੇ ਦੁਕਾਨਦਾਰ ਦੇ ਵਿਰੁੱਧ ਨੇ ਹਰ ਸ਼ਹਿਰੀ ਦੇ ਵਿਰੁੱਧ ਆ ਛੋਟੇ ਵੱਡੇ ਦੇ ਸੋ ਇਸ ਕਰਕੇ ਜਿਹੜਾ ਪਹਿਲਾ ਕਾਨੂੰਨ ਆ ਉਹ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਵੇਖਿਆ ਸੀਗਾ ਵੀ ਇਹ ਸਰਕਾਰ ਜਿਹੜੀ ਹੈ ਸ਼ਾਇਦ ਲੋਕਾਂ ਦੀ ਬਣ ਗਈ ਆ ਪਰ ਹੌਲੀ ਹੌਲੀ ਜਦੋਂ ਪਤਾ ਲੱਗ ਗਿਆ ਉਸ ਵੇਲੇ ਆਉਂਦਾ ਨਾਅਰੇ ਲੱਗਦੇ ਹੁੰਦੇ ਇਹ ਬਿਰਲੇ ਟਾਟੇ ਦੀ ਆਪਣੇ ਸਰਕਾਰ ਵੀ ਇਹ ਭਾਰਤ ਦੀ ਜਿਹੜੇ ਲੋਕਾਂ ਦੀ ਸਰਕਾਰ ਆ ਉਸ ਵੇਲੇ ਵੀ ਇਹ ਨਾਅਰੇ ਲੱਗਦੇ ਰਹੇ ਵੀ ਬਿਰਲਾ ਟਾਟਾ ਦੀ ਜਗੀਰ ਨਹੀਂ ਗੀ ਇਹ ਭਾਰਤ ਦੇਸ਼ ਮਾਰਾ ਹੈ ਸੋ ਅੱਜ ਵੀ ਉਹ ਹੀ ਨਾਅਰੇ ਲੱਗ ਰਹੇ ਉਸ ਵੇਲੇ ਕਿਉਂ ਲੱਗ ਰਿਹਾ ਸੀ ਕਿ ਉਸ ਵੇਲੇ ਜਿਹੜੇ ਖਪਤਕਾਰ ਸਨ ਉਹ ਬੜੇ ਦੁਖੀ ਸੀ ਬਲੈਕ ਬੜੀ ਜ਼ਿਆਦਾ ਹੁੰਦੀ ਸੀ ਲੁੱਟ ਬੜੀ ਸੀ ਮਹਿੰਗਾਈ ਬੜੀ ਹੋ ਗਈ ਲੋਕ ਜਿਹੜੇ ਆ ਜ਼ਰੂਰੀ ਵਸਤਾਂ ਨੂੰ ਜਿਹੜਾ ਉਹ ਜ਼ਖੀਰੇਬਾਜ਼ੀ ਕਰ ਲੈਂਦੇ ਸੀ ਉਦੋਂ ਫਿਰ ਲੋਕ ਉਸ ਵੇਲੇ ਵੀ ਜਿਹੜੇ ਆ
ਉਦੋਂ ਵੀ ਕਿਸਾਨ ਜਾਂ ਆਮ ਲੋਕ ਲੜੇ ਅਤੇ ਇਹ ਕਾਨੂੰਨ ਬਣਿਆ 1953 ਦਾ ਸੈਂਚਰ ਕਮਿਊਨਿਟੀ ਐਕਟ 1953 ਦਾ। ਇਹਨੂੰ ਜਿਹੜਾ ਤੋੜ ਦਿੱਤਾ ਵਾ, ਇਹ ਤੋੜਨ ਦੇ ਨਾਲ ਹੁਣ ਜਿੰਨੀ ਮਰਜ਼ੀ ਵੇਖੋ 100 ਗੁਣਾ ਭਾਅ ਹੋਊਗਾ ਤਾਂ ਸਰਕਾਰ ਨੇ ਦਖਲ ਦੇਣਾ, ਜ਼ਖੀਰੇਬਾਜ਼ੀ ਜਿੰਨੀ ਮਰਜ਼ੀ ਕਰ ਲੈ। ਜੇ ਕਿਤੇ ਕਹਿ ਵੀ ਦਿੱਤਾ ਜਾਵੇ ਵੀ ਇਹ ਜ਼ਖੀਰੇਬਾਜ਼ੀ ਬਹੁਤ ਜ਼ਿਆਦਾ ਹੋ ਗਈ ਆ, ਉਹ ਕਹਿ ਸਕਦਾ ਨਹੀਂ ਜੀ ਮੈਂ ਜ਼ਖੀਰੇਬਾਜ਼ੀ ਉਹ ਕੀਤੀ, ਮੇਰਾ ਗੋਦਾਮ ਜਿਹੜਾ ਮੈਂ ਤੁਹਾਡੇ ਕੋਲ ਪਾਸ ਕਰਾਇਆ ਉਹਦੇ ਵਿੱਚ ਹੀ ਆ ਮੇਰਾ ਮਾਲ। ਸੋ ਇਸ ਕਰਕੇ ਉਹਦੇ ਉੱਤੇ ਕਿਸੇ ਪ੍ਰਕਾਰ ਦਾ ਵੀ ਕੋਈ ਕਾਨੂੰਨੀ ਕਿਸੇ ਪ੍ਰਕਾਰ ਦੀ ਉਹਦੇ 'ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਸੋ ਇਸ ਕਰਕੇ ਜਿਹੜਾ ਪਹਿਲਾ ਕਾਨੂੰਨ ਆ ਇਹ ਸਾਰੇ ਦੇਸ਼ ਲਈ ਕਿਸਾਨਾਂ ਲਈ ਬਹੁਤ ਹੀ ਘਾਤਕ ਆ। ਇਹ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਤੋਂ ਰੁਜ਼ਗਾਰ ਵੀ ਖੋਹਦਾ, ਇਹ ਸਮੁੱਚੇ ਤੌਰ ਦੇ ਉੱਤੇ ਜਿਹੜੇ ਵਪਾਰੀ ਆ ਕਾਰਪੋਰੇਟ ਸੈਕਟਰ ਆ ਉਹਨਾਂ ਦਾ ਦੇਸ਼ ਬਣ ਕੇ ਰਹਿ ਜਾਣਾ। ਸੋ ਇਸ ਕਰਕੇ ਇਹ ਅਸੀਂ ਲੈਣੇ। ਜਿਹੜਾ ਦੂਜਾ ਬਿੱਲ ਆ ਉਹਦੇ ਵਿੱਚ ਵਣਜ ਵਪਾਰ ਵਾਲਾ, ਪਹਿਲਾਂ ਤਾਂ ਵੀ ਵੈਸੇ ਆਉਂਦਾ ਹੀ ਨਹੀਂ, ਉਹ ਹੈ ਹੀ ਜਿਹੜਾ ਉਹ ਕਾਨੂੰਨ ਆ ਉਹ ਆਪਣੇ ਸੂਬਿਆਂ ਦੇ ਅਧਿਕਾਰ ਖੇਤਰ ਜਾਂ ਕੇਂਦਰ ਦਾ ਉਹਦੇ 'ਤੇ ਹੈ ਹੀ ਨਹੀਂ, ਇਸ ਕਰਕੇ ਕੀ ਨਹੀਂ ਉਹਨੂੰ ਤੁਸੀਂ ਰੱਦ ਕਰੋ। ਇਹ ਕਾਨੂੰਨ ਦੇ ਵਿੱਚ ਜਦੋਂ ਮੰਡੀਆਂ ਟੁੱਟਦੀਆਂ ਨੇ, ਇਹ ਜਦੋਂ ਵਿਸ਼ਵ ਵਪਾਰ ਸੰਗਠਨ ਦੇ ਵਿੱਚ ਹਿੰਦੁਸਤਾਨ ਨੇ ਦਸਤਖਤ ਕੀਤੇ ਆ, ਇਹ 90 ਤੋਂ ਹੀ ਸਾਰੇ ਸੰਸਾਰ ਵਿੱਚ ਇਹ ਜਿਹੜਾ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਠੇਕਾ ਨੀਤੀ ਜਿਹੜੀ ਚੱਲੀ ਆ ਉਹ ਹਰ ਜਗ੍ਹਾ ਫੇਲ ਹੋ ਗਈ ਹੈ। ਅਮਰੀਕਾ ਦੇ ਵਿੱਚ ਇਸ ਵੇਲੇ $475 ਬਿਲੀਅਨ ਕਰਜ਼ਾ ਵਾ ਇਹਨਾਂ, ਇਹ ਕਾਨੂੰਨ ਉੱਥੇ ਵੀ ਆਪਣੇ ਢੰਗ ਦੇ ਨਾਲ ਲਾਗੂ ਹੋਏ ਆ। ਇਸੇ ਤਰ੍ਹਾਂ ਜਿਹੜਾ ਠੇਕਾ ਨੀਤੀ ਆ ਉਹ ਠੇਕਾ ਸਾਡੇ ਦੇਸ਼ ਵਿੱਚ ਅਸੀਂ ਬੜੇ ਪੁਰਾਣੇ ਸਮੇਂ ਦੇ ਵਿੱਚੋਂ ਪੜ੍ਹਦੇ ਹੁੰਦੇ ਸਾਂ, ਉਦੋਂ ਪੈਪਸੀ ਜਾਂ ਦੂਜਾ ਕਿ ਅਸੀਂ ਆਲੂ ਚਿਪਸ ਬਣਾਵਾਂਗੇ, ਟਮੈਟੋ ਸੌਸ ਬਣਾਵਾਂਗੇ, ਅਸੀਂ ਹੋਰ ਚੀਜ਼ਾਂ ਜਿਹੜੀਆਂ ਉਹਦੀ ਵੈਲਿਊ ਐਡਿਡ ਕਰਾਂਗੇ, ਉਹ ਕੁਛ ਕਰਾਂਗੇ। ਉਹ ਕਦੇ ਵੀ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਇਆ, ਲੋਕਾਂ ਨੂੰ ਪੈਸੇ ਨਹੀਂ ਮਿਲਦੇ, ਇੱਕ ਅੱਧੀ ਜਿਹੜੀ ਫਸਲ ਉਹਦੇ ਪੈਸੇ ਦਿੰਦੇ ਮੁੜ ਕੇ ਉਹ ਹੀ ਘੁੱਟ ਜਾਂਦੇ ਆ, ਫਿਰ ਕਹਿ ਦਿੰਦੇ ਜੀ ਸਾਡੇ ਸਟੈਂਡਰਡ ਵਿੱਚ ਨਹੀਂ, ਇਹਦੀ ਕੋਈ ਕੁਆਲਿਟੀ ਠੀਕ ਨਹੀਂ। ਸੋ ਇਸ ਕਰਕੇ ਸਮੁੱਚੇ ਤੌਰ 'ਤੇ ਜਿਹੜੇ ਤਿੰਨੇ ਕਾਨੂੰਨ ਆ ਇਹ ਬਹੁਤ ਹੀ ਦੇਸ਼ ਵਿਰੋਧੀ ਆ, ਬਹੁਤ ਘਾਤਕ ਆ। ਖਾਸ ਕਰਕੇ ਜਿਹੜਾ ਅਡਾਨੀ ਆ, ਮੋਗੇ ਸਾਡੇ ਬਣਿਆ ਬਹੁਤ ਵੱਡਾ ਸਟੋਰ ਬਣਿਆ, ਉਹ ਸਟੋਰ ਜਿਹੜਾ ਮੋਗੇ ਵਾਲਾ ਅਸੀਂ ਦੇਖਿਆ ਵਾ ਕਿ ਉਹਦੇ ਵਿੱਚ ਉਹਦਾ ਕਿਰਾਇਆ ਵੀ ਸ਼ੁਰੂ ਹੋ ਗਿਆ, 9 ਰੁਪਈਏ ਪ੍ਰਤੀ ਬੋਰੀ ਉਹਦਾ ਕਿਰਾਇਆ ਸਵੇਰੇ ਅਡਾਨੀ ਜਿਹੜਾ ਗਰੁੱਪ ਉਹ ਲੈ ਰਿਹਾ ਵਾ। ਇਸੇ ਕਰਕੇ ਹੀ ਸਰਕਾਰ ਦੇ ਉੱਤੇ ਉਹਨਾਂ ਦਾ ਦਬਾਅ ਆ। ਅਸੀਂ 73 ਸਾਲ ਲੋਕ ਕਹਿੰਦੇ ਰਹੇ ਕਿ ਇਹ ਰਾਜ ਲੋਕਾਂ ਦਾ ਰਾਜ ਨਹੀਂ ਹੈ, ਰਾਜ ਵੱਡੇ ਵੱਡੇ ਘਰਾਣੇ ਦਾ ਆ ਗਿਆ। ਹੁਣ ਇਹ ਵੱਡੀ ਸਾਡੀ ਪ੍ਰਾਪਤੀ ਇਹ ਹੋਈ ਆ ਲੋਕਾਂ ਦੇ ਵਿੱਚ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਰਟੀਆਂ ਰਾਜ ਨਹੀਂ ਕਰਦੀਆਂ, ਪਾਰਟੀਆਂ ਦੇ ਪਿੱਛੇ ਵੱਡੇ ਵੱਡੇ ਜਿਹੜੇ ਘਰਾਣੇ ਆ ਕਾਰਪੋਰੇਟ ਸੈਕਟਰ ਆ ਉਹ ਰਾਜ ਕਰਦੇ ਆ, ਜਿਹੜੇ ਕੋਲੇ ਦੀਆਂ ਖਾਣਾਂ ਦੇ ਉੱਤੇ ਬੈਠੇ ਆ, ਜਿਹੜੀਆਂ ਸੋਨੇ ਦੀਆਂ ਖਾਣਾਂ 'ਤੇ ਬੈਠੇ ਆ, ਜਿਹੜੇ ਲੋਹੇ ਦੀਆਂ ਖਾਣਾਂ 'ਤੇ ਬੈਠੇ ਆ, ਜਿਨ੍ਹਾਂ ਦੇ ਕੋਲ ਪੈਦਾਵਾਰ ਦੇ ਸਾਧਨ ਆ। ਅਸੀਂ ਆਉਂਦੇ ਹਾਂ ਵੀ ਸਾਡੀ ਇਹ ਬੜੀ ਵੱਡੀ ਜਿੱਤ ਆ, ਜਿਹੜੀ ਲੋਕ ਇਹਦੇ ਤੋਂ ਚੇਤਨ ਹੋਏ, ਉਹਨਾਂ ਦੇ ਵਿਚਾਰ ਬਦਲੇ ਆ, ਉਹ ਸਿਆਸੀ ਤੌਰ 'ਤੇ ਵੀ ਚੇਤਨ ਹੋਏ ਆ, ਉਹ ਸਮਾਜਿਕ ਤੌਰ 'ਤੇ ਵੀ ਲੋਕਾਂ ਦੇ ਵਿੱਚ ਪਰਿਵਰਤਨ ਹੋਇਆ। ਸੋ ਇਹ ਜਿਹੜੇ ਤਿੰਨੇ ਕਾਨੂੰਨ ਆ, ਲੜਾਈ ਤਾਂ ਸਾਨੂੰ ਬੜੀ ਮਹਿੰਗੀ ਪੈ ਰਹੀ, ਬੜੀ ਲੋਕ ਵੇਖੋ ਕਿੰਨਾ ਸਰਦੀ ਦੇ ਵਿੱਚ ਇਸ ਤਰ੍ਹਾਂ ਆਏ ਆ, ਇਹਦੇ ਵਿੱਚ ਪੈਸਾ ਬਹੁਤ ਲੱਗ ਰਿਹਾ, ਭੱਜ ਨੱਠ ਲੋਕਾਂ ਦੀ ਬੜੀ ਆ, ਪਰ ਪ੍ਰਾਪਤੀ ਵੀ ਬਹੁਤ ਵੱਡੀ ਹੈ ਸਾਡੇ ਦੇਸ਼ ਵਿੱਚ। ਮੈਂ ਇਹ ਕਹਿ ਸਕਦਾ ਸਾਡੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਵੀ ਇਹ ਕਹਿ ਸਕਦੀ ਆ ਕਿ ਇਹ ਸਾਡੀ ਆਰਥਿਕ ਲੜਾਈ, ਸਮਾਜਿਕ ਲੜਾਈ, ਸੱਭਿਆਚਾਰਕ ਤੌਰ ਦੇ ਉੱਤੇ, ਅਸੀਂ ਆਉਣ ਵਾਲੇ ਸਮੇਂ 'ਚ ਰਾਜਨੀਤਿਕ ਤੌਰ ਦੇ ਉੱਤੇ ਇਹ ਜਦੋਂ ਕੋਈ ਲੇਖ ਲਿਖੇ ਜਾਣਗੇ, ਇਹ ਲੜਾਈ 73 ਸਾਲਾਂ ਵਿੱਚ ਪਹਿਲੀ ਵੱਡੀ ਇਹ ਲੜਾਈ ਗਿਣੀ ਜਾਊਗੀ, ਜਿਸ ਤਰ੍ਹਾਂ 1913 'ਚ ਗਦਰ ਪਾਰਟੀ ਦਾ ਇਤਿਹਾਸ ਲਿਖਿਆ ਗਿਆ ਸੀ। ਸੋ ਇਸ ਕਰਕੇ ਜਿਹੜਾ ਕਿਸਾਨਾਂ ਦਾ ਨਹੀਂ ਲੋਕਾਂ ਦਾ ਫਰਜ਼ ਬਣਦਾ ਉਹ ਨਿਭਾ ਵੀ ਰਿਹਾ, ਬਹੁਤ ਵੱਡੀ ਗਿਣਤੀ ਜਾ ਰਿਹਾ। ਅਸੀਂ ਇਹ ਲਾਜ਼ਮੀ ਤੌਰ 'ਤੇ ਰੱਦ ਕਰਾਉਣ ਤੋਂ ਬਗੈਰ ਇਹ ਅੰਦੋਲਨ ਸਾਡਾ ਜਾਰੀ ਰਹੇਗਾ। ਸੋ ਇਸ ਕਰਕੇ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਸਾਡੇ ਦੇਸ਼ ਦੇ 14 ਕਰੋੜ ਜਿਹੜੇ ਕਿਸਾਨ ਆ ਉਹਨਾਂ ਨੂੰ ਮੈਂ ਸਿੱਧਾ ਅਪੀਲ ਕਰਦਾ ਹਾਂ, ਮੈਂ ਖਾਸ ਤੌਰ 'ਤੇ ਐਗਰੀਕਲਚਰ ਟੈਕਨੋਕਰੈਟ ਵੀ ਰਿਹਾ, ਕਿ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਘੱਟੋ ਘੱਟ ਪਰਿਵਾਰ 'ਚੋਂ ਇੱਕ ਬੰਦਾ ਹੋ। ਸਾਡੇ ਪੰਜਾਬ ਦੇ 17 ਲੱਖ ਕਿਸਾਨ ਟੱਬਰ ਨੇ, ਉਹਨਾਂ ਟੱਬਰਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਦੇ ਜਾਓ। ਹਰਿਆਣੇ ਦੇ 10.5 ਲੱਖ ਕਿਸਾਨ ਟੱਬਰ ਨੇ,
उन्होंने बेनती करते हैं भी आओ परिवारों के परिवार शामिल हो क्योंकि साडे देश की विकास न जुड़िया साडे देश की आर्थिकता जुड़िया साडे देश का आने वाले समय के जोड़ा साढ़े जो नौजवान साढ़े होर लोग ने उन्होंने जिंदगी दे नाल इहदा बड़ा वड्डा संबंध है। इस करके ये असीं लोगों को अपील करते हैं कि असीं तकड़े होके जीतीए ते आने वाले समय से अपनी आर्थिक लड़ाई का अगले पड़ाव के शामिल होइए।